ਭਰਾਵੋ, ਜਿਹੜਾ ਸਾਡਾ ਲੁਧਿਆਣਾ ਸ਼ਹਿਰ ਆ, ਬੜਾ ਇਹਨਾਂ ਨੇ ਗੈਂਗਸਟਰਾਂ ਨੇ ਜਾਂ ਚੋਰਾਂ ਨੇ ਡਕੈਤਾਂ ਨੇ ਬੜਾ ਆਤੰਕ ਫੈਲਾਇਆ ਹੋਇਆ ਹੈ। ਸਾਡੇ ਜਿਹੜੇ ਮਾਨਯੋਗ CP ਸਾਹਿਬ ਆਏ ਨੇ, ਸਰ ਕੁਲਦੀਪ ਸਿੰਘ ਚਹਿਲ, ਉਹਨਾਂ ਨੇ ਆ ਕੇ ਇੰਨਾ ਵਧੀਆ ਕੰਮ ਕੀਤਾ ਵਾ ਕੁਛ ਹੀ ਦਿਨਾਂ ਵਿੱਚ। ਇੱਕ ਤਾਂ ਤੁਹਾਨੂੰ ਪਤਾ ਵਾ ਭਰਾਵੋ, 10-12 ਦਿਨ ਪਹਿਲਾਂ ਹੀ ਇਨਕਾਊਂਟਰ ਕੀਤਾ ਗੈਂਗਸਟਰਾਂ ਦਾ। ਇੱਕ ਜਿਹੜਾ ਕੱਲ੍ਹ ਰਾਤੀ ਕੀਤਾ, ਜਿਹੜਾ 17-18-20 ਪਰਚੇ ਸੀ ਸੁਖਦੇਵ ਸਿੰਘ ਦੇ, ਵਿੱਕੀ ਦੇ, ਉਹ ਝਟਕਾਤਾ, ਨਰਕਾਂ ਟਿਕਟ ਮਿਲ ਗਈ ਨਾ। ਮੈਂ ਸਭ ਤੋਂ ਪਹਿਲਾਂ ਮਾਨਯੋਗ CP ਸਾਹਿਬ ਲੁਧਿਆਣਾ ਸਰ ਕੁਲਦੀਪ ਸਿੰਘ ਚਹਿਲ ਜੀ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ 'ਤੇ। ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ, ਪੰਜਾਬ ਪੁਲਿਸ ਨੂੰ ਵੀ ਸੁੱਖ ਦਾ ਸਾਹ ਮਿਲਿਆ ਵਾ। ਉਹ ਰਾਤ ਨੂੰ ਸੁੱਖ ਨਾਲ ਸੌਣਗੇ, ਇਹ ਲੋਕ ਬਦਮਾਸ਼ੀਆਂ ਕਰਦੇ ਨੇ ਗੈਂਗਸਟਰ। ਮੈਂ ਕਹਿਣਾ ਚਾਹੁੰਦਾ ਵਾਂ, ਜਿੰਨੇ ਵੀ ਛੋਟੇ ਵੱਡੇ ਗੈਂਗਸਟਰ ਨੇ ਸਾਰੇ ਆਪਣੇ ਆਤਮ ਸਮਰਪਣ ਕਰ ਦਿਓ, ਨਹੀਂ ਤੁਹਾਨੂੰ ਇੱਦਾਂ ਹੀ ਨਰਕਾਂ ਟਿਕਟ ਮਿਲਣੀ ਆ। ਕਿਸੇ ਨੂੰ ਅੱਜ ਮਿਲ ਗਈ, ਕਿਸੇ ਨੂੰ ਕੱਲ੍ਹ ਮਿਲ ਗਈ, ਕਿਸੇ ਨੂੰ ਪਰਸੋਂ ਮਿਲ ਗਈ, ਜਦ ਲੰਮਾ ਸਮਾਂ ਨਹੀਂ ਤੁਸੀਂ ਜੀਣਾ। 31 ਦਸੰਬਰ ਤੱਕ ਤੁਹਾਨੂੰ ਸਾਰਿਆਂ ਨੂੰ ਨਰਕਾਂ ਟਿਕਟ ਮਿਲਣੀ ਆ ਗੈਂਗਸਟਰਾਂ ਨੂੰ, ਕਿਉਂਕਿ ਜਿਹੜੇ ਸਾਡੇ ਮਾਨਯੋਗ CP ਸਾਹਿਬ ਆ ਜਾਂ ਸਮੁੱਚੇ ਟੀਮ ਆ ਇਹਨਾਂ ਦੀ, ਇੰਸਪੈਕਟਰ ਸਾਡੇ ਬੇਅੰਤ ਜਨੇਜਾ ਜੀ ਆ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, CIA ਲੱਗੇ ਨੇ, ਇੰਚਾਰਜ ਨੇ। ਮੈਂ ਇੱਕ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵਾਂ ਬਈ, ਇਹਨਾਂ ਨੂੰ ਇੱਕ ਇੱਕ ਰੈਂਕ ਦਿੱਤਾ ਜਾਵੇ, ਕਿਉਂਕਿ ਇਹਨਾਂ ਨੂੰ ਇਨਾਮ ਦੇ ਵਜੋਂ ਮਿਲਣਾ ਚਾਹੀਦਾ ਵਾ। ਇਹਨਾਂ ਨੇ ਨਰਕਾਂ ਦੀ ਟਿਕਟ ਦਿੱਤੀ ਗੈਂਗਸਟਰਾਂ ਨੂੰ, ਲੋਕਾਂ ਨੂੰ ਸੁੱਖ ਦਾ ਸਾਹ ਦਵਾਇਆ। ਲੇਕਿਨ ਇੱਕ ਜਿਹੜੇ ਮੋਹਾਲੀ ਵਾਲੇ ਸਾਡੇ ਵਿਕਰਮ ਭਾਜੀ ਨੇ ਜਾਂ ਸੰਦੀਪ ਗੋਇਲ ਜੀ ਨੇ, ਇਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ, ਇਹ ਵੀ ATS ਸਪੈਸ਼ਲ ਆ, ਇਹ ਵੀ ਬਹੁਤ ਵਧੀਆ ਕੰਮ ਕਰਦੇ ਆ ਰਹੇ ਨੇ। ਮੈਂ ਸਮੁੱਚੀ ਪੰਜਾਬ ਪੁਲਿਸ DGP ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦਾ ਧੰਨਵਾਦ ਕਰਦਾ ਵਾਂ, ਅਤੇ ਉਹਨਾਂ ਨੂੰ ਵਧਾਈ ਦਿੰਦਾ ਸਾਰੀ ਸਮੁੱਚੀ ਟੀਮ ਨੂੰ ਵੀ ਤੁਹਾਡੀ ਅਗਵਾਈ ਵਿੱਚ ਜਿੰਨਾ ਹੀ ਵਧੀਆ ਕੰਮ ਹੋ ਰਿਹਾ, ਸਭ ਤੋਂ 1 ਨੰਬਰ ਕੰਮ ਹੋ ਰਿਹਾ। ਜਿਹੜਾ ਆਮ ਲੋਕ ਪੰਜਾਬ ਨੂੰ ਬਦਨਾਮ ਕਰਦੇ ਸੀ ਬਈ ਹਾਏ ਬਈ ਸਿਕੰਜਾ ਕਸਿਆ ਨਹੀਂ ਜਾ ਰਿਹਾ, ਹੁਣ ਐਸਾ ਸਿਕੰਜਾ ਕਸਤਾ, ਹੁਣ ਸਾਰੇ ਨਰਕਾਂ ਟਿਕਟ ਮਿਲ ਗਈ ਨਾ ਗੈਂਗਸਟਰਾਂ ਨੂੰ ਵੀ। ਇੱਕ ਹੋਰ ਗੱਲ ਕਹਿਣਾ ਚਾਹੁੰਦਾ ਬਈ, ਸਰ ਕੁਲਦੀਪ ਸਿੰਘ ਚਹਿਲ ਜੀ ਦੀ ਅਗਵਾਈ ਵਿੱਚ ਕ੍ਰਾਈਮ ਸਿਟੀ ਫ੍ਰੀ ਲੁਧਿਆਣਾ ਹੋਊਗਾ। ਹੁਣ ਲੁਧਿਆਣਾ ਸ਼ਹਿਰ ਦਾ ਜਿਹੜਾ ਏਰੀਆ CP ਏਰੀਆ ਦਾ, ਕੋਈ ਇੱਥੇ ਕੋਈ ਚੋਰੀ, ਕੋਈ ਡਕੈਤੀ, ਕੁਛ ਨਹੀਂ ਹੋਊਗਾ। ਹੁਣ ਸੋਚਣਗੇ ਵੀ ਅਸੀਂ ਚੋਰੀ ਕਰੀਏ, ਡਕੈਤੀ ਕਰੀਏ, ਵੀ ਕੀ ਸਾਡਾ ਅੰਜਾਮ, ਉਹ ਸੋਚਣ ਬਾਅਦ ਕੀ ਹੋਊਗਾ, ਅੰਜਾਮ ਇਹੀ ਹੋਣਾ ਸਿੱਧੀ ਨਰਕਾਂ ਦੀ ਟਿਕਟ। ਭਰਾਵੋ, ਜਿਹੜਾ ਸਾਡਾ ਲੁਧਿਆਣਾ ਸ਼ਹਿਰ ਆ, ਬੜਾ ਇਹਨਾਂ ਨੇ ਗੈਂਗਸਟਰਾਂ ਨੇ ਜਾਂ ਚੋਰਾਂ ਨੇ ਡਕੈਤਾਂ ਨੇ ਬੜਾ ਆਤੰਕ ਫੈਲਾਇਆ ਹੋਇਆ ਹੈ। ਸਾਡੇ ਜਿਹੜੇ ਮਾਨਯੋਗ CP ਸਾਹਿਬ ਆਏ ਨੇ, ਸਰ ਕੁਲਦੀਪ ਸਿੰਘ ਚਹਿਲ, ਉਹਨਾਂ ਨੇ ਆ ਕੇ ਇੰਨਾ ਵਧੀਆ ਕੰਮ ਕੀਤਾ ਵਾ ਕੁਛ ਹੀ ਦਿਨਾਂ ਵਿੱਚ। ਇੱਕ ਤਾਂ ਤੁਹਾਨੂੰ ਪਤਾ ਵਾ ਭਰਾਵੋ, 10-12 ਦਿਨ ਪਹਿਲਾਂ ਹੀ ਇਨਕਾਊਂਟਰ ਕੀਤਾ ਗੈਂਗਸਟਰਾਂ ਦਾ। ਇੱਕ ਜਿਹੜਾ ਕੱਲ੍ਹ ਰਾਤੀ ਕੀਤਾ, ਜਿਹੜਾ 17-18-20 ਪਰਚੇ ਸੀ ਸੁਖਦੇਵ ਸਿੰਘ ਦੇ, ਵਿੱਕੀ ਦੇ, ਉਹ ਝਟਕਾਤਾ, ਨਰਕਾਂ ਟਿਕਟ ਮਿਲ ਗਈ ਨਾ। ਮੈਂ ਸਭ ਤੋਂ ਪਹਿਲਾਂ ਮਾਨਯੋਗ CP ਸਾਹਿਬ ਲੁਧਿਆਣਾ ਸਰ ਕੁਲਦੀਪ ਸਿੰਘ ਚਹਿਲ ਜੀ ਦਾ ਧੰਨਵਾਦ ਕਰਦਾ ਵਿਸ਼ੇਸ਼ ਤੌਰ 'ਤੇ। ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ, ਪੰਜਾਬ ਪੁਲਿਸ ਨੂੰ ਵੀ ਸੁੱਖ ਦਾ ਸਾਹ ਮਿਲਿਆ ਵਾ। ਉਹ ਰਾਤ ਨੂੰ ਸੁੱਖ ਨਾਲ ਸੌਣਗੇ, ਇਹ ਲੋਕ ਬਦਮਾਸ਼ੀਆਂ ਕਰਦੇ ਨੇ ਗੈਂਗਸਟਰ।
ਮੈਂ ਕਹਿਣਾ ਚਾਹੁੰਦਾ ਵਾਂ ਜਿੰਨੇ ਵੀ ਛੋਟੇ ਵੱਡੇ ਗੈਂਗਸਟਰ ਨੇ ਸਾਰੇ ਆਪਣੇ ਆਤਮ ਸਮਰਪਣ ਕਰ ਦਿਓ, ਨਹੀਂ ਤੁਹਾਨੂੰ ਏਦਾਂ ਹੀ ਨਰਕਾਂ ਦੀ ਟਿਕਟ ਮਿਲਣੀ ਆ। ਕਿਸੇ ਨੂੰ ਅੱਜ ਮਿਲ ਗਈ, ਕਿਸੇ ਨੂੰ ਕੱਲ੍ਹ ਮਿਲ ਗਈ, ਕਿਸੇ ਨੂੰ ਪਰਸੋਂ ਮਿਲ ਗਈ, ਜਦ ਲੰਮਾ ਸਮਾਂ ਨਹੀਂ ਤੁਸੀਂ ਜੀਣਾ। 31 ਦਸੰਬਰ ਤੱਕ ਤੁਹਾਨੂੰ ਸਾਰਿਆਂ ਨੂੰ ਨਰਕਾਂ ਦੀ ਟਿਕਟ ਮਿਲਣੀ ਆ ਗੈਂਗਸਟਰਾਂ ਨੂੰ, ਕਿਉਂਕਿ ਜਿਹੜੇ ਸਾਡੇ ਮਾਨਯੋਗ CP ਸਾਹਿਬ ਆ ਜਾਂ ਸਮੁੱਚੇ ਟੀਮ ਆ ਇਹਨਾਂ ਦੀ, ਇੰਸਪੈਕਟਰ ਸਾਡੇ ਬੇਅੰਤ ਜਨੇਜਾ ਜੀ ਆ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ, CIA ਲੱਗੇ ਨੇ, ਇੰਚਾਰਜ ਨੇ। ਮੈਂ ਇੱਕ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਵਾਂ ਵੀ ਇਹਨਾਂ ਨੂੰ ਇੱਕ ਇੱਕ ਰੈਂਕ ਦਿੱਤਾ ਜਾਵੇ, ਕਿਉਂਕਿ ਇਹਨਾਂ ਨੂੰ ਇਨਾਮ ਦੇ ਵਜੋਂ ਮਿਲਣਾ ਚਾਹੀਦਾ ਵਾ। ਇਹਨਾਂ ਨੇ ਨਰਕਾਂ ਦੀ ਟਿਕਟ ਦਿੱਤੀ ਗੈਂਗਸਟਰਾਂ ਨੂੰ, ਲੋਕਾਂ ਨੂੰ ਸੁੱਖ ਸਾਹ ਦਵਾਇਆ, ਲੇਕਿਨ ਇੱਕ ਜਿਹੜੇ ਮੋਹਾਲੀ ਵਾਲੇ ਸਾਡੇ ਵਿਕਰਮ ਭਾਜੀ ਨੇ ਜਾਂ ਸੰਦੀਪ ਗੋਇਲ ਜੀ ਨੇ, ਇਹ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ, ਇਹ ਵੀ ATS ਸਪੈਸ਼ਲ ਆ, ਇਹ ਵੀ ਬਹੁਤ ਵਧੀਆ ਕੰਮ ਕਰਦੇ ਆ ਰਹੇ ਨੇ। ਮੈਂ ਸਮੁੱਚੀ ਪੰਜਾਬ ਪੁਲਿਸ DGP ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦਾ ਧੰਨਵਾਦ ਕਰਦਾ ਵਾਂ ਅਤੇ ਉਹਨਾਂ ਨੂੰ ਵਧਾਈ ਦਿੰਦਾ ਸਾਰੀ ਸਮੁੱਚੀ ਟੀਮ ਨੂੰ ਵੀ ਤੁਹਾਡੀ ਅਗਵਾਈ ਵਿੱਚ ਜਿੰਨਾ ਹੀ ਵਧੀਆ ਕੰਮ ਹੋ ਰਿਹਾ, ਸਭ ਤੋਂ 1 ਨੰਬਰ ਕੰਮ ਹੋ ਰਿਹਾ। ਜਿਹੜਾ ਆਮ ਲੋਕ ਪੰਜਾਬ ਨੂੰ ਬਦਨਾਮ ਕਰਦੇ ਸੀ ਵੀ ਹਾਏ ਵੀ ਸਿਕੰਜਾ ਕਸਿਆ ਨਹੀਂ ਜਾ ਰਿਹਾ, ਹੁਣ ਐਸਾ ਸਿਕੰਜਾ ਕਸਤਾ ਹੁਣ ਸਾਰੇ ਨਰਕਾਂ ਟਿਕਟ ਮਿਲ ਗਈ ਨਾ ਗੈਂਗਸਟਰਾਂ ਨੂੰ ਵੀ। ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵੀ ਸਰ ਕੁਲਦੀਪ ਸਿੰਘ ਚਹਿਲ ਜੀ ਦੀ ਅਗਵਾਈ ਵਿੱਚ ਕ੍ਰਾਈਮ ਸਿਟੀ ਫਰੀ ਲੁਧਿਆਣਾ ਹੋਊਗਾ। ਹੁਣ ਲੁਧਿਆਣਾ ਸ਼ਹਿਰ ਦਾ ਜਿਹੜਾ ਏਰੀਆ CP ਏਰੀਆ ਦਾ, ਕੋਈ ਇੱਥੇ ਕੋਈ ਚੋਰੀ ਕੋਈ ਡਕੈਤੀ ਕੋਈ ਕੁਛ ਨਹੀਂ ਹੋਊਗਾ। ਹੁਣ ਸੋਚਣਗੇ ਵੀ ਅਸੀਂ ਚੋਰੀ ਕਰੀਏ ਡਕੈਤੀ ਕਰੀਏ ਵੀ ਕੀ ਸਾਡਾ ਅੰਜਾਮ, ਉਹ ਸੋਚਣ ਬਾਅਦ ਕੀ ਹੋਊਗਾ, ਅੰਜਾਮ ਇਹੀ ਹੋਣਾ ਸਿੱਧੀ ਨਰਕਾਂ ਦੀ ਟਿਕਟ।